ਤੇ ਇਹ ਆਪਣਾ ਕੰਮ ਤੁਹਾਨੂੰ ਤੁਸੀਂ ਕਰਦੇ ਜੇ ਤੇ ਰੋਜ਼ ਦਾ ਕਿੰਨਾ ਕਰ ਲੈਂਦੇ ਜੇ ਕੋਈ ਪਤਾ ਨਹੀਂ ਗਾ ਜੀ ਇਹ ਗਾਹ ਗਾਏ ਦੀ ਗੱਲ ਆ ਕੋਈ ਪਤਾ ਨਹੀਂ ਆ ਗਾਹ ਗਾਏ ਦੀ ਗੱਲ ਆ ਤੇ ਘਰ ਦਾ ਸਿਸਟਮ ਫੇ ਕਿਵੇਂ ਚੱਲ ਰਿਹਾ ਜੇ ਇਦਾਂ ਹੀ ਆ ਅੱਲਾ ਮਾਲਕ ਹੈ ਮੈਂ ਤੇ ਅੱਲਾ ਮਾਲਕ ਆ ਅੱਲਾ ਮਾਲਕ ਆ बिस्मिल्लाह रहमान रहीम अल्लाह पाक तेरा शुक्र करते हैं आज दे दिन वास्ते जो तूने सेहत ते जिंदगी तंदुरुस्ती नाल दिता अज असी ऐसे इलाके दे विच आए हैं जिहड़ा डिजकोट का इलाका वा सानू एक बजुर्ग नज़र आए ने असी उन्हां को जा रहे हैं अस्सलाम वालेकुम बजुर्गो मैं जाना वा इत्थे इधर बंबनी वाल जाना ते ओ किधर है जे वो बामनी वाला कहीं बामनी वाला हाँ बामनी वाला हाँ वही तो और जो मस्जिद है ना सामने वो हाँ वो तो आये ना मोड़ दिया अच्छा इधर राइट वाला हाँ अच्छा ये वो अगे आउना सुबह 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 से नाल नाल सड़के या अच्छा दो किले अच्छा अगे अगे वो मोड़ जाने फिर वो बामनी वाले सीधे चले जाए तो तुसी इत्थे बैठे है जे खैर ਨਹੀਂ ਮੈਂ ਕੰਮ ਕਰਨ ਵਾਸਤੇ ਬੈਠਾ ਮੈਂ ਕਿਹਾ ਅੱਛਾ ਇਹ ਤੁਹਾਡਾ ਆਪਣਾ ਕੰਮ ਆ ਹਾਂ ਤੇ ਆਪਣਾ ਹੀ ਮੈਂ ਕਿਹਾ ਸ਼ਾਇਦ ਤੁਸੀਂ ਬੈਠੇ ਜੇ ਵੈਸੇ ਹੀ ਬੈਠੇ ਜੇ ਨਹੀਂ ਨਹੀਂ ਅੱਛਾ ਅੱਛਾ ਤੇ ਆਪਣੀ ਕਿੰਨੀ ਉਮਰ ਜੇ ਉਮਰ ਹੈ 85 86 ਸਾਲ ਮਾਸ਼ਾਅੱਲਾ ਮਾਸ਼ਾਅੱਲਾ 85 ਸਾਲ ਉਮਰ ਆ 85 ਸਾਲ ਉਮਰ ਦੇ ਵਿੱਚ ਮਿਹਨਤ ਕਰ ਰਹੇ ਜੇ ਪੰਜਾਬ ਜੀ ਅੱਲਾ ਨੇ ਤੰਦਰੁਸਤੀ ਦਿੱਤੀ ਹੈ ਤਾਂ ਬਹਿ ਜਾਈਦਾ ਆਣ ਕੇ ਅੱਛਾ ਤੇ ਬੱਚੇ ਕਿੰਨੇ ਜੇ ਬੱਚੇ ਤਿੰਨ ਬੱਚੇ ਬੱਚੀਆਂ ਜਾਂ ਬੱਚੇ ਆ ਬੱਚੀਆਂ ਚਾਰ ਨੇ ਬੱਚੀਆਂ ਮਾਸ਼ਾਅੱਲਾ ਚਾਰ ਨੇ ਤੇ ਬੱਚੇ ਤਿੰਨ ਵਾ ਤੇ ਬੱਚੇ ਆਸਰਾ ਨਹੀਂ ਕਰਦੇ ਕਰਦੇ ਨੇ ਵਿੱਚ ਹਾਂ ਕੋਈ ਇੰਨਾ ਨਹੀਂ ਕਰਦੇ ਇੰਨਾ ਨਹੀਂ ਕਰਦੇ ਸ਼ਾਦੀਆਂ ਕਰ ਦਿੱਤੀਆਂ ਵਾ ਔਰ ਸ਼ਾਦੀਆਂ ਕੀਤੀਆਂ ਬਾਲ ਬੱਚੇਦਾਰ ਨੇ ਅੱਛਾ ਸ਼ਾਦੀਆਂ ਕੀਤੀਆਂ ਬਾਲ ਬੱਚੇਦਾਰ ਨੇ ਤੇ ਇਹ ਆਪਣਾ ਕੰਮ ਤੁਹਾਨੂੰ ਤੁਸੀਂ ਕਰਦੇ ਜੇ ਤੇ ਰੋਜ਼ ਦਾ ਕਿੰਨਾ ਕਰ ਲੈਂਦੇ ਜੇ ਕੋਈ ਪਤਾ ਨਹੀਂ ਗਾ ਜੀ ਇਹ ਗਾਹ ਗਾਏ ਦੀ ਗੱਲ ਆ ਕੋਈ ਪਤਾ ਨਹੀਂ ਆ ਗਾਹ ਗਾਏ ਦੀ ਗੱਲ ਆ ਤੇ ਘਰ ਦਾ ਸਿਸਟਮ ਫੇ ਕਿਵੇਂ ਚੱਲ ਰਿਹਾ ਜੇ ਇਦਾਂ ਹੀ ਅੱਲਾ ਮਾਲਕ ਹੈ ਮੈਂ ਤੇ ਅੱਲਾ ਮਾਲਕ ਆ ਅੱਲਾ ਮਾਲਕ ਆ ਨਹੀਂ ਫੇਰ ਵੀ ਘਰ ਦਾ ਕਿਸ ਤਰ੍ਹਾਂ ਸਿਸਟਮ ਚੱਲ ਰਿਹਾ ਬੱਚੀਆਂ ਵੀ ਵਿਆਹ ਦਿੱਤੀਆਂ ਨਹੀਂ ਮੁੰਡੇ ਮੁੰਡਿਆਂ ਨਾਲ ਰੋਟੀ ਖਾਂਦਾ ਮੈਂ ਅੱਛਾ ਅੱਛਾ ਰੋਟੀ ਦਿੰਦੇ ਨੇ ਅੱਛਾ ਅੱਛਾ ਤੇ ਬੀਵੀ ਬੀਵੀ ਵੀ ਹੈਗੀ ਅੱਛਾ ਸਹੀ ਹੋ ਗਿਆ ਜੀ ਅੱਛਾ ਮਾਸ਼ਾਅੱਲਾ ਇੰਨੀ ਉਮਰ 'ਚ ਤੁਸੀਂ ਮਿਹਨਤ ਕਰਨ ਤੇ ਅਜ਼ਮ ਰੱਖਿਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਜ਼ਿੰਦਗੀ ਤੰਦਰੁਸਤੀ 'ਚ ਰੱਖੇ ਦਸਣੇ ਚੱਲਦਿਆਂ ਫਿਰਦਿਆਂ ਰੱਖੇ ਇਹ ਤੁਸੀਂ ਕੰਮ ਕਿਦੋਂ ਦਾ ਕਰਦੇ ਪਏ ਜੀ ਸ਼ੁਰੂ ਤੋਂ ਬਚਪਨ 'ਚੋਂ ਕਰਦਾ ਰਹੇ ਬਚਪਨ 'ਚੋਂ ਕਰਦੇ ਰਹੇ ਜੀ ਆਹੋ ਜ਼ਰੂਰ ਸਾਰੀ ਉਮਰ ਗੁਜ਼ਰ ਗਈ ਤਾਰਾ ਜੀ ਹਾਂ ਇਸੇ ਕੰਮ ਦੇ ਵਿੱਚ ਹਾਂ ਤੇ ਇਹਨੂੰ ਬਦਲਿਆ ਕਿਉਂ ਨਹੀਂ ਕੋਈ ਇਸ ਤੋਂ ਬਿਹਤਰ ਜਿਹੜਾ ਨਾ ਤੁਸੀਂ ਸਿਸਟਮ ਬਣਾ ਲੈਂਦੇ ਦੇਖੋ ਬਿਹਤਰ ਇਹਨੇ ਗੁੰਜਾਇਸ਼ ਹੀ ਨਹੀਂ ਹੋਏਗੀ ਹਾਏ ਗੁੰਜਾਇਸ਼ ਹੀ ਨਹੀਂ ਹੋਈ ਇਸ ਤੋਂ ਬਿਹਤਰ ਸਿਸਟਮ ਬਣਾਉਣ ਦੀ ਗੁੰਜਾਇਸ਼ ਹੀ ਨਹੀਂ ਹੋਈ ਅੱਛਾ ਤੇ ਅਗਰ ਅੱਲਾ ਪਾਕ ਕੋਈ ਵਸੀਲਾ ਬਣਾ ਦੇਵੇ ਤੇ ਫਿਰ ਤੁਸੀਂ ਚਾਹੋਗੇ ਕੋਈ ਇਸ ਤੋਂ ਬਿਹਤਰ ਸਿਸਟਮ ਬਣ ਜਾਏ ਨਹੀਂ ਮੈਂ ਨਹੀਂ ਕਰ ਸਕਦਾ ਨਹੀਂ ਕਰ ਸਕਦੇ ਮੈਂ ਅੱਛਾ ਕੋਈ ਕੰਮ ਨਹੀਂ ਕਰਦਾ ਅੱਛਾ ਤਾਂ ਕੋਈ ਘਰ ਦਾ ਕੋਈ ਐਸਾ ਕੰਮ ਜਿਹੜਾ ਨਾ ਉਹ ਪੈਸਿਆਂ ਦੀ ਵਜ੍ਹਾ ਤੋਂ ਅਪਣਾ ਹੁੰਦਾ ਹੋਵੇ ਕੋਈ ਹੈ ਐਸਾ ਕੰਮ ਕੋਈ ਵੀ ਨਹੀਂ ਕਰਦਾ ਪਹਿਲਾਂ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਹਾਂ ਤੇ ਉਹ ਤੇ ਮੈਂ ਕਹਿ ਰਹੀ ਹਾਂ ਕਿ ਕੋਈ ਐਸਾ ਕੰਮ ਜਿਹੜਾ ਪੈਸੇ ਤੋਂ ਬਗੈਰ ਰੁਕਿਆ ਹੋਵੇ ਖਾਣ ਪੀਣ ਦਾ ਸਿਸਟਮ ਜਿਹੜਾ ਕਿ ਨਹੀਂ ਗਾ ਇਹੋ ਨਹੀਂ ਗਾ ਚੱਲ ਸਕਦਾ ਪੈਸੇ ਤੋਂ ਬਗੈਰ ਇਹੋ ਹੀ ਨਹੀਂ ਚੱਲ ਸਕਦਾ ਖਾਣ ਦਾ ਸਿਸਟਮ ਜਿਹੜਾ ਨਾ ਇਹ ਬਹੁਤ ਆ ਇਹ ਹੀ ਨਹੀਂ ਚੱਲ ਸਕਦਾ ਚਲੋ ਜੀ ਐਲੋ ਫਿਰ ਅਗਰ ਹਮਾਰੀ ਵੀਡੀਓ ਪਸੰਦ ਆਤੀ ਹੈ ਤਾਂ ਲਾਈਕ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਤੇ ਕਲਿੱਕ ਕਰੇ 80 ਸਾਲ ਦੀ ਉਮਰ ਦੇ ਵਿੱਚ ਜ਼ਮੀਨ ਤੇ ਬੈਠਾ ਵਾ ਔਰ ਆਪਣੀ ਜਿਹੜੀ ਨਾ ਹੱਕ ਹਲਾਲ ਦੀ ਆ ਜਾਵੇ ਤੇ ਠੀਕ ਆ ਨਾ ਆ ਜਾਵੇ ਤੇ ਰੱਬ ਦਾ ਸ਼ੁਕਰ ਆ ਹੈ ਇਹ ਦੇਖੋ ਜੀ ਕੱਢੋ ਦੇਖੋ ਕਿੰਨੇ ਆ ਮੈਂ ਨਹੀਂ ਪਤਾ ਕਿੰਨੇ ਆ ਜੀ ਕਿੰਨੇ ਹੀ ਹੋਣਗੇ ਹਾਂ ਨਹੀਂ ਮੈਂ ਨਹੀਂ ਗਿਣੇ ਗਏ ਮੈਂ ਨਹੀਂ ਪਤਾ ਕਿੰਨੇ ਆ ਪੱਚੀ ਹਜ਼ਾਰ ਪਤਾ ਹੋਵੇ ਨਾ ਕਿੰਨੇ ਦਿੱਤਾ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਅੱਲਾ ਪਾਕ ਨੇ ਭੇਜੇ
खड़े हो चार गल बात की महसूस होया के बुजुर्गां नाल कुछ किया जावे प्यार सब तो पहले बुजुर्गो ये अल्लाह पाक की तरफों वा है ठीक है फिर उस बाद जरिया बने ने हसन कुरैशी साहब ओ और ओदे बच्चे उन्हें वास्ते जरूर दुआ करना उन्हें बच्चों का नाम है अहमद इब्राहिम याया तैयबा इन बच्चों के लिए आप जरूर दुआ करना कि अल्लाह पाक इन बच्चों सेहत जिंदगी तंदुरुस्ती च रखे इन्हों के कारोबार खैरो बरकत अता करे इन्हों अल्लाह पाक नेक बनाए नेक राह पे चलने की तौफीक देवे है यार रब्बुल आलमीन जिन्होंने मेरी खिदमत की है या अल्लाह उन्होंने भी कर बात बरकत या रब्बुल आलमीन उन्होंने कर सेहत तंदुरुस्ती अता फरमा दे या रब्बुल आलमीन अपने यार रब्बुल आलमीन अपने रब्बुल आलमीन अपने फिर या रब्बुल आलमीन अपने आमीन अल्लाह हाफिज़।